ਸ਼ੁਰੂ ਹੋਇਆ ਸੀ ਸਮਝੇ ਇਹ ਪਹਿਲਾਂ ਕਿਸ਼ਨ ਸਿੰਘ ਇਹਦੀ ਸਾਡੇ ਪਿੰਡ ਸਰਦਾਰ ਤੀ ਉਹਦੀ 4-5 ਹਜ਼ਾਰ ਵਿਘਾ ਜ਼ਮੀਨ ਹੈ ਉਹਦੇ ਨਾਲ ਬਹੁਤ ਇਹਨਾਂ ਦੀ ਦੋਸਤੀ ਸੀ ਉਹਨਾਂ ਦੇ ਇਹਦੀ ਮਾਂ ਸੀ ਜਿਹੜੀ ਜਿਉਣੇ ਮੌੜ ਦੀ ਉਹਨਾਂ ਨੇ ਛੋਲੇ ਪੱਟ ਲਏ ਬੇਟਾ ਕੀ ਫੜਿਆ ਜਾਣਗਾ ਛਾਲ ਮਾਰ ਜਿੱਥੋਂ ਮਰਜ਼ੀ ਤੇਰੇ ਸੱਟ ਹੀ ਲੱਗੂਗੀ ਫਿਰ ਮੰਗ ਮੁੱਕੀ ਜਾ ਰਿਹਾ ਉੱਥੇ ਪੁਲਿਸ ਨੇ ਫੜ ਲਿਆ ਇਹ बिशनी का एक मुंडा सी गां एक पोता सी एक पड़ोता सी एक गां सी हुण दो मुंडे ने अच्छा जी दो मुंडे ने एक कुड़ी एक मुंडा है उन्होंने दोहे कुड़ियां दे एक मुंडा है जोड़े मोड़ बाकी एक बेचारा इतने चट्टी पति काले पानी सजा फिर बाकी जी ਵਾਜੀ ਬਾਬਾ ਜੀਵਨਾ ਸਿੰਘ ਹੈ ਕੀ ਬਾਤ ਇਹ ਕਾਹਦਾ ਪੱਥਰ ਦਾ ਬਣਾਇਆ ਜੀ ਪੱਥਰ ਦਾ ਜੀ ਹਾਂ ਉਹਦੇ ਸੀਮੈਂਟ ਇਹ ਕਦੋਂ ਕਿਦਾ ਕੀਤਾ ਸੀ ਸਤੋਂ ਨਾ ਲੰਬਾ ਜੀ 7-7 ਸਾਲ ਦਾ ਜਿਹੜਾ ਸੂਰਤ ਹੈ ਉਹਦੇ ਕੋਲ ਇਹ ਚੌੜੇ ਨੂੰ ਸੀਰਾ ਚ ਬਣਿਆ ਸੀ ਜਬ ਮਿਲਦਾ ਆਪਾਂ ਜਦੋਂ ਅੰਦਰ ਲਾਇਆ ਸੀ सब तो पहला एको स्टैचू ऑल ओवर सब तो पहला फोटो खिंचनी नहीं तो लोग थले।
ਉਹ ਵੀ ਮਤਲਬ ਡਾਕੂਮੈਂਟ ਜੀ ਇਹਦੇ ਨਾਲ ਆ ਗਿਆ ਪੁਲਿਸ ਦਾ ਇਹਨੇ ਤੇ ਨੱਕ ਵੜਤਾ ਜਿਹੜਾ ਮਾਰਿਆ ਨਹੀਂ ਵੀ ਮਾਰਿਆ ਨਹੀਂ ਨੱਕ ਵੜਤਾ ਵੀ ਸਾਰਾ ਲੋਕਾਂ ਨੂੰ ਕਿਵੇਂ ਮੂੰਹ ਦਿਖਾਵੇਗਾ ਬੰਦਾ ਯੋਧਾ ਸੀ ਜੇ ਤਾਂ ਵੱਡਿਆਂ ਤੋਂ ਲੁੱਟਾਂ ਕਰਦਾ ਸੀ ਗਰੀਬਾਂ ਨੂੰ ਵੜਦਾ ਦੁਨੀਆਂ ਦੇ ਗਰੀਬਾਂ ਦੀਆਂ ਵਾਹ ਬਹੁਤ ਕਰੇ ਜਿਹੜਾ ਤੁਸੀਂ ਉਹ ਤੋਂ ਰੋਲ 'ਚ ਪਾਇਆ ਹੋਊਗਾ ਜਿਉਂ ਇਹਨੇ ਪੀਆਂ ਰੋਟੀਆਂ ਲੌਂਗ ਵਾਲਦੀਆਂ ਇੱਕ ਉੱਡੀ ਲੈ ਕੇ ਬਾਹਰ ਫੜ ਲਈ ਕਹਿੰਦੀ ਮੇਰਾ ਵਿਆਹ ਹੈ ਕਹਿੰਦੀ ਤੂੰ ਟੁੰਮਾ ਲਿਆ ਰਹੀ ਐਂ ਚਾਲ ਦਾ ਬਿਠਾਇਆ ਸੀ ਸਾਰੇ ਕੁੜੀਆਂ ਟੁੰਮਾ ਪਾਤੀਆਂ ਉਹ ਆ ਕੇ ਖੜ ਗਈ ਉਹਨੂੰ ਕਹਿੰਦੀ ਮੇਰੇ ਡਿਟੇਲ ਦਾ ਵਿਆਹ ਉਹਦੇ ਵਿਆਹ 'ਤੇ ਗਿਆ ਟੁੰਮਾ ਸਾਰੀਆਂ ਦੇ ਦਿੱਤੀਆਂ ਲੋਕਾਂ ਨੂੰ ਵੀ ਆਪਣੇ ਆਪਣੇ ਟੁੰਮਾ ਪਛਾਣ ਕੇ ਚੱਕ ਰੱਖੂਗੀ ਨਾ ਸਾਰੇ ਟੁੰਮਾ ਪਾਇਆ ਸਾਰੇ ਵਿਆਹ ਦਾ ਖਰਚ ਕਰਿਆ ਅਤੇ ਵਿਆਹ 'ਤੇ ਜਾ ਗਿਆ ਆਪਣਾ ਪਹਿਰਾਵਾ ਬਦਲ ਗਈ ਸਰਦਾਰ ਤੇ ਉਹਦੀ 4-5 ਹਜ਼ਾਰ ਵਿਘਾ ਜ਼ਮੀਨ ਹੈ ਉਹਦੇ ਨਾਲ ਬਹੁਤ ਇਹਨਾਂ ਦੀ ਦੋਸਤੀ ਸੀ ਉਹਨਾਂ ਦੇ ਇਹਦੀ ਮਾਂ ਸੀ ਜਿਹੜੀ ਜਿਉਣੇ ਮੌੜ ਦੀ ਉਹਨਾਂ ਨੇ ਛੋਲੇ ਪੱਟ ਲਏ ਛੋਲੇ ਪੱਟੇ ਹੋਏ ਉਹ ਉੱਧਰੋਂ ਆ ਗਿਆ ਸਰਦਾਰ ਉਹਨੇ ਜਾ ਕੇ ਛੋਲੇ ਇਹਦੇ ਡਿਗਾ ਲਏ ਉਦੋਂ ਬਾਅਦ ਇਹਨੇ ਫਿਰ ਉੱਥੋਂ ਇਹਨਾਂ ਦੀ ਬੈਂਸ ਸ਼ੁਰੂ ਹੋ ਗਈ ਫਿਰ ਇਹ ਉਹਨਾਂ ਦੀਆਂ ਘਰ ਵਾਲੀਆਂ ਦੀਆਂ ਜਿਹੜੀਆਂ ਬਾਲੀਆਂ ਜੀਆਂ ਦੋਨੇ ਉਹ ਲਾਹੀਆਂ ਉਹ ਕਹਿੰਦੇ ਵੀ ਲਾਹ ਕੇ ਦੇ ਦਿੰਦਾ ਕਹਿੰਦਾ ਵੀ ਮੇਰੀ ਮਾਂ ਦੀ ਬੇਇੱਜ਼ਤੀ ਕਰੀ ਹੈ ਮੈਂ ਤੁਹਾਡੇ ਤੂੰਗਾ ਦਾ ਨਹੀਂ ਭੁੱਖਾ ਉਹ ਦੁਨੀਆਂ ਕਿਸੇ ਨੇ ਲਾਹੀਆਂ ਜੀਆਂ ਇਹ ਪੱਟ ਕੇ ਕੰਨ ਲਾਹੀਆਂ ਫਿਰ ਚੌਥੇ ਉਹ ਵੀ ਮਤਲਬ ਜਿਹੜੇ ਔਰਤ ਜਾਂਦੇ ਤੇ ਉਹਨਾਂ ਦੀ ਜ਼ਮੀਨ ਸਾਹਮਣੇ ਜਿਹੜਾ ਔਰਤ ਦੇ ਪਿੰਡ ਤੋਂ ਔਰਤ ਵਗ ਗਿਆ ਉਹਦੀ ਜ਼ਮੀਨ ਤੇ ਕਬਜ਼ਾ ਕਰ ਲਿਆ ਜਿਹੜਾ ਕਹਿੰਦੇ ਵੀ ਨੈਣਾ ਦੇਵੀ ਦਾ ਭਗਤ ਸੀ ਜੋੜਾ ਹਾਂਜੀ ਜੋੜਾ ਦੇਵੀ ਜਦੋਂ ਇਹ ਡੋਗਰ ਮਾਰਿਆ ਉਦੋਂ ਬਾਅਦ ਇਹ ਨੈਣਾ ਦੇਵੀ ਤੇ ਗਿਆ ਉੱਥੇ ਮੈਂ ਸਾਧ ਬਣ ਕੇ ਗਿਆ ਨੈਣਾ ਦੇਵੀ ਉੱਧਰ ਹੀ ਜਿਹੜੀ ਆਪਣੇ ਅਨੰਦਪੁਰ ਸਾਹਿਬ ਉਦੋਂ ਉੱਥੇ ਵੀ ਉਹਨੇ ਗਿਆ ਜੀ ਪੁਲਿਸ ਨੇ ਘੇਰਾ ਪਾ ਲਿਆ ਗੁਰੂ ਘਰ ਉਦੋਂ ਹੁੰਦੇ ਹੀ ਉਸ ਟਾਈਮ ਤੇ ਗੁਰੂ ਘਰ ਹਾਂ ਛੋਟਾ ਹੀ 100 ਸਾਲ ਦੀ ਗੱਲ ਉਹ ਆਇਆ ਜੀ ਉਹ ਜਿਹੜੇ ਲੋਕ ਦੱਸਦੇ ਨੇ ਕਿ ਨਾ ਉਦੋਂ ਜੋ ਨੈਣਾ ਦੇਵੀ ਦੀ ਛਾਤਰ ਚੜਾ ਕੇ ਆਇਆ ਨੈਣਾ ਦੇਵੀ ਨੇ ਇਹਦਾ ਸਿੱਧੀਆਂ ਗੱਲਾਂ ਕਰੀਆਂ ਨੇ ਵੀ ਜਿਹੜੇ ਮਗਰ ਮੁਕਰੇ ਚੱਕ ਕੇ ਫੜਿਆ ਜਾਵੇਗਾ ਛਾਲ ਮਾਰ ਜਿੱਥੋਂ ਮਰਜੀ ਤੇਰੇ ਸਾਥੀ ਲੱਗੂਗੀ ਤੇਰੇ ਸਾਥੀ ਲੱਗੂਗੀ ਫਿਰ ਮਗਰ ਮੁਕੀ ਜਾ ਰਿਹਾ ਉੱਥੇ ਪੁਲਿਸ ਨੇ ਫੜ ਲਿਆ ਇਹ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਜਿੰਦਰ ਸਿੱਧੂ ਅਤੇ ਇਸ ਵੇਲੇ ਪਿੰਡ ਮੌੜ ਦੇ ਵਿੱਚ ਅਸੀਂ ਜਿਉਣਾ ਮੌੜ ਦੀ ਸਮਾਧ 'ਤੇ ਜਿੱਥੇ ਜਿਉਣਾ ਮੌੜ ਦਾ ਬੁੱਤ ਲੱਗਾ ਹੋਇਆ ਉੱਥੇ ਪਹੁੰਚੀ ਹੋਈ ਹੈ ਮੌੜ ਫਿਲਮ ਦੀ ਕਾਸਟ ਦੇ ਕੁਝ ਮੈਂਬਰਸ ਅੱਜ ਇੱਥੇ ਪਿੰਡ ਮੌੜ ਆਏ ਨੇ ਇੱਥੇ ਆ ਕੇ ਅਸੀਂ ਪੰਚਾਇਤ ਨੂੰ ਮਿਲੇ ਹਾਂ ਜਿਉਣਾ ਮੌੜ ਦੀ ਜਿਹੜੀ ਗਾਥਾ ਬਹੁਤ ਸਮੇਂ ਤੋਂ ਚੱਲਦੀ ਆ ਰਹੀ 1830 ਤੋਂ ਤਕਰੀਬਨ ਅਤੇ ਉਸੇ ਅਸਲੀ ਗਾਥਾ ਦੇ ਆਧਾਰਿਤ ਇੱਕ ਫਿਲਮ ਮੌੜ ਬਣੀ ਆ ਜਿਹੜੀ 9 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਆ 9 ਜੂਨ ਨੂੰ ਤੁਹਾਡੇ ਵਿਦੇਸ਼ ਦੇਸ਼ ਵਿਦੇਸ਼ ਦੇ ਸਾਰੇ ਜਿੰਨੇ ਵੀ ਸਿਨੇਮਾਘਰ ਨੇ ਸਾਰਿਆਂ ਦੇ ਵਿੱਚ ਇਹ ਫਿਲਮ ਰਿਲੀਜ਼ ਹੋਊਗੀ ਅਤੇ ਮੈਂ ਵੀ ਇਸ ਟੀਮ ਦਾ ਇੱਕ ਹਿੱਸਾ ਸੋ ਨਿਮਾਣਾ ਜਿਹਾ ਇੱਕ ਯਤਨ ਮੇਰੇ ਵੱਲੋਂ ਵੀ ਜੈਮਲ ਸਿੰਘ ਦਾ ਕਰੈਕਟਰ ਪਲੇ ਕਰਨ ਦਾ ਕੀਤਾ ਗਿਆ ਸੋ ਬੜੀ ਖੁਸ਼ੀ ਹੈ ਕਿ ਇਹ ਇੱਕ ਜਿਹੜਾ ਰੋਬਿਨਹੁੱਡ ਮੰਨਿਆ ਜਾਂਦਾ ਪੰਜਾਬ ਦਾ ਉਹਦੇ ਉੱਤੇ ਇੰਨੇ ਵੱਡੇ ਸਕੇਲ ਦੇ ਉੱਤੇ ਇੰਨੇ ਇੱਕ ਵੱਡੇ ਬਜਟ ਦੀ ਇੱਕ ਫਿਲਮ ਜਿਹੜੀ ਆ ਉਹ ਬਣਾਈ ਗਈ ਹੈ ਅਤੇ ਜਿਹੜਾ ਅਸਲੀ ਹੀਰੋ ਆ ਉਸ ਫਿਲਮ ਦਾ ਯਾਨੀ ਕਿ ਜਿਉਣਾ ਮੌੜ ਉਹਦੇ ਪਿੰਡ ਵਿੱਚ ਵੀ ਸਾਡੇ ਪ੍ਰੋਡਿਊਸਰਾਂ ਨੇ ਸਾਡੀ ਸਾਰੀ ਟੀਮ ਨੇ ਸੋਚਿਆ ਕਿ ਉਹਦੇ ਪਿੰਡ 'ਚ ਜਾ ਕੇ ਉਹਦੀ ਸਮਾਧ 'ਤੇ ਜਾ ਕੇ ਉਹਨੂੰ ਟ੍ਰਿਬਿਊਟ ਦਿੱਤਾ ਜਾਵੇ ਸੋ ਇਸ ਕੰਮ ਦੇ ਲਈ ਮੈਂ ਅਤੇ ਆ ਮੇਰੇ ਨਾਲ ਜਿਹੜੇ ਬਾਕੀ ਸਾਥੀ ਇੱਥੇ ਆਏ ਹੋਏ ਨੇ ਸਾਡਾ ਡੋਗਰ ਜਿਹਨੇ ਪਲੇ ਕੀਤਾ ਵਿਕਰਮ ਵਿਰਕ ਅਤੇ ਸਾਡੀ ਭੈਣ ਪ੍ਰਸਿੰਨੀ ਜਿਉਣੇ ਦੀ ਭੈਣ ਬਿਸ਼ਨੀ ਸੌਰੀ ਮਾਫ਼ ਕਰਨਾ ਬਿਸ਼ਨੀ ਅਤੇ ਪ੍ਰਸਿੰਨੀ ਜਿਹੜੀ ਕਿ ਜਿਉਣੇ ਦਾ ਲਵ ਇੰਟਰਸਟ ਲਵ ਐਂਗਲ ਅਤੇ ਨਾਲ ਸਾਡੇ ਜਰਨੈਲ ਭਾਅ ਜੀ ਮਲਟੀ ਟੈਲੈਂਟਡ ਪਰਸਨੈਲਿਟੀ ਐਕਟਰ ਵੀ ਨੇ ਪ੍ਰੋਡਿਊਸਰ ਵੀ ਨੇ ਸਾਰਾ ਕੁਛ ਹੀ ਕਰ ਲੈਂਦੇ ਆ ਸੋ ਇਹ ਸਾਰਾ ਅੱਜ ਇੱਥੇ ਅਸੀਂ ਪਹੁੰਚੇ ਹਾਂ ਅਤੇ ਹੁਣ ਥੋੜ੍ਹੀ ਦੇਰ ਬਾਅਦ ਅਸੀਂ ਪੰਚਾਇਤ ਦੇ ਨਾਲ ਬਹਿ ਕੇ ਚਾਹ ਦਾ ਕੱਪ ਵੀ ਪੀਵਾਂਗੇ